ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਵਾਰ ਅਕਬਰ ਬਾਦਸ਼ਾਹ ਤੀਸਰੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਗੋਬਿੰਦਵਾਲ ਸਾਹਿਬ ਆਇਆ। ਸੇਵਾਦਾਰਾਂ ਨੇ ਤੀਸਰੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਜੀ ਅਕਬਰ ਬਾਦਸ਼ਾਹ ਆਪ ਜੀ ਦੇ ਦਰਸ਼ਨ ਕਰਨ ਲਈ ਆਇਆ ਹੈ। ਗੁਰੂ ਜੀ ਨੇ ਫਰਮਾਇਆ ਕਿ ਅਕਬਰ ਬਾਦਸ਼ਾਹ ਨੂੰ ਪਹਿਲਾਂ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਓ। ਸੇਵਾਦਾਰ ਅਕਬਰ ਬਾਦਸ਼ਾਹ ਨੂੰ ਲੰਗਰ ਘਰ ਵਿੱਚ ਲੈ ਗਏ। ਸੇਵਾਦਾਰਾਂ ਨੇ ਅਕਬਰ ਬਾਦਸ਼ਾਹ ਨੂੰ ਦੱਸਿਆ ਕਿ ਗੁਰੂ ਘਰ ਵਿੱਚ ਇਹ ਮਰਿਆਦਾ ਹੈ ਕਿ ਜਿਹੜਾ ਵੀ ਬੰਦਾ ਗੁਰੂ ਘਰ ਵਿੱਚ ਆਉਂਦਾ ਹੈ, ਭਾਵੇਂ ਉਹ ਰਾਜਾ ਹੋਵੇ, ਭਾਵੇਂ ਉਹ ਭਿਖਾਰੀ ਹੋਵੇ, ਉਹ ਪੰਗਤ ਵਿੱਚ ਬੈਠ ਕੇ ਹੀ ਲੰਗਰ ਛਕਦਾ ਹੈ। ਅਕਬਰ ਬਾਦਸ਼ਾਹ ਜ਼ਮੀਨ 'ਤੇ ਤੱਪੜ ਦੇ ਉੱਪਰ ਪੰਗਤ ਵਿੱਚ ਬੈਠ ਗਿਆ। ਲੰਗਰ ਵਿੱਚ ਦਾਲ ਪ੍ਰਸ਼ਾਦੇ ਦੇ ਨਾਲ ਖੀਰ ਜ਼ਰੂਰ ਹੁੰਦੀ ਸੀ। ਉਸ ਸਮੇਂ ਖੀਰ ਬਹੁਤ ਹੀ ਵਧੀਆ ਢੰਗ ਦੇ ਨਾਲ ਬਣਾਈ ਜਾਂਦੀ ਸੀ। ਸੰਗਤਾਂ ਘਰਾਂ ਤੋਂ ਦੁੱਧ ਲੈ ਕੇ ਆਉਂਦੀਆਂ ਸਨ। ਖੀਰ ਗੋਬਿੰਦਵਾਲ ਸਾਹਿਬ ਲੰਗਰ ਘਰ ਵਿੱਚ ਹੀ ਬਣਾਈ ਜਾਂਦੀ ਸੀ। ਖੀਰ ਹੌਲੀ ਹੌਲੀ ਮੱਠੀ ਮੱਠੀ ਅੱਗ 'ਤੇ ਕਾੜ ਕਾੜ ਕੇ ਬਣਾਈ ਜਾਂਦੀ ਸੀ। ਉਸ ਵਿੱਚ ਦੇਸੀ ਘਿਓ ਵੀ ਪਾਇਆ ਜਾਂਦਾ ਸੀ। ਇਸ ਤਰ੍ਹਾਂ ਬਣੀ ਹੋਈ ਖੀਰ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਸੀ। ਅਕਬਰ ਬਾਦਸ਼ਾਹ ਨੂੰ ਵੀ ਖਾਣ ਲਈ ਖੀਰ ਦਿੱਤੀ ਗਈ। ਅਕਬਰ ਬਾਦਸ਼ਾਹ ਨੇ ਪਹਿਲਾਂ ਕਦੇ ਖੀਰ ਨਾ ਹੀ ਦੇਖੀ ਸੀ ਅਤੇ ਨਾ ਹੀ ਖਾਧੀ ਸੀ। ਜਦੋਂ ਅਕਬਰ ਬਾਦਸ਼ਾਹ ਨੇ ਉਹ ਖੀਰ ਖਾਧੀ ਤਾਂ ਉਸਨੂੰ ਉਹ ਖੀਰ ਬਹੁਤ ਹੀ ਜ਼ਿਆਦਾ ਸਵਾਦ ਲੱਗੀ। ਫਿਰ ਅਕਬਰ ਬਾਦਸ਼ਾਹ ਨੇ ਆਪਣੇ ਹੱਥ ਧੋਤੇ। ਹੱਥ ਧੋਣ ਤੋਂ ਬਾਅਦ ਅਕਬਰ ਬਾਦਸ਼ਾਹ ਨੂੰ ਬੌਲੀ ਸਾਹਿਬ 'ਤੇ ਲੈ ਗਏ। ਬੌਲੀ ਸਾਹਿਬ 'ਤੇ ਅਕਬਰ ਬਾਦਸ਼ਾਹ ਨੇ ਜਲ ਦਾ ਚੂਲਾ ਲਿਆ। ਜਦੋਂ ਅਕਬਰ ਬਾਦਸ਼ਾਹ ਨੇ ਗੋਬਿੰਦਵਾਲ ਸਾਹਿਬ ਸਾਰੀ ਮਰਿਆਦਾ ਅਤੇ ਸਾਰਾ ਪ੍ਰਬੰਧ ਦੇਖਿਆ ਤਾਂ ਉਸਨੇ ਕਿਹਾ ਕਿ ਦਰਬਾਰ ਬਹੁਤ ਹੀ ਸੋਹਣਾ ਹੈ, ਇੱਥੇ ਦੀ ਮਰਿਆਦਾ ਵੀ ਬਹੁਤ ਵਧੀਆ ਹੈ, ਇੱਥੇ ਸਾਰਿਆਂ ਨੂੰ ਇੱਕੋ ਸਮਾਨ ਸਮਝਿਆ ਜਾਂਦਾ ਹੈ, ਇੱਥੇ ਸਾਰਿਆਂ ਨੂੰ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ, ਲੰਗਰ ਵਿੱਚ ਸਭ ਤੋਂ ਜ਼ਿਆਦਾ ਸਵਾਦ ਚੀਜ਼ ਖੀਰ ਖਾਣ ਲਈ ਦਿੱਤੀ ਜਾਂਦੀ ਹੈ। ਅਕਬਰ ਬਾਦਸ਼ਾਹ ਵਾਰ ਵਾਰ ਖੀਰ ਦੀ ਬਹੁਤ ਤਾਰੀਫ ਕਰ ਰਿਹਾ ਸੀ। ਜਦੋਂ ਅਕਬਰ ਬਾਦਸ਼ਾਹ ਤੀਸਰੇ ਪਾਤਸ਼ਾਹ ਜੀ ਦੇ ਕੋਲ ਗਿਆ ਅਤੇ ਉਸਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ ਤਾਂ ਉਸਦੇ ਮਨ ਨੂੰ ਬੜੀ ਸ਼ਾਂਤੀ ਆਈ। ਤੀਸਰੇ ਪਾਤਸ਼ਾਹ ਜੀ ਨੇ ਅਕਬਰ ਬਾਦਸ਼ਾਹ ਜੀ ਨੂੰ ਵਚਨ ਕੀਤੇ ਕਿ ਅਕਬਰ ਬਾਦਸ਼ਾਹ, ਤੂੰ ਬਹੁਤ ਕਰਮਾਂ ਵਾਲਾ ਹੈ, ਤੂੰ ਚੰਗਾ ਇਨਸਾਫ ਕਰਿਆ ਕਰ। ਹਿੰਦੂ, ਮੁਸਲਮਾਨ, ਈਸਾਈ, ਸਿੱਖ ਸਾਰਿਆਂ ਵਿੱਚ ਹੀ ਉਸ ਪਰਮਾਤਮਾ ਦੀ ਜੋਤ ਹੈ, ਜਾਨਵਰਾਂ ਦੇ ਵਿੱਚ ਵੀ ਉਸਦੀ ਹੀ ਜੋਤ ਹੈ, ਤੂੰ ਕੋਈ ਮਾੜਾ ਕੰਮ ਨਾ ਕਰਿਆ ਕਰ। ਇਹ ਬਚਨ ਸੁਣ ਕੇ ਅਕਬਰ ਬਾਦਸ਼ਾਹ ਨੇ ਤੀਸਰੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ
ਜੀ ਮੇਰੀ ਲੱਤ ਦੇ ਵਿੱਚ ਰੀਹ ਦਾ ਦਰਦ ਰਹਿੰਦਾ ਹੈ, ਜਿਸ ਕਰਕੇ ਮੈਂ ਹੁੱਕਾ ਪੀਣਾ ਨਹੀਂ ਛੱਡ ਸਕਦਾ। ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਦਾ ਇਹ ਲਿਖਿਆ ਹੋਇਆ ਹੈ ਕਿ ਹੁੱਕਾ ਕਿੱਥੋਂ ਅਤੇ ਕਿਵੇਂ ਚੱਲਿਆ। ਜਦੋਂ ਅਕਬਰ ਬਾਦਸ਼ਾਹ ਦੀ ਲੱਤ ਵਿੱਚ ਰੀਹ ਦਾ ਦਰਦ ਹੁੰਦਾ ਸੀ ਤਾਂ ਅਕਬਰ ਬਾਦਸ਼ਾਹ ਨੇ ਸਾਰੇ ਪੰਡਤਾਂ ਨੂੰ ਇਕੱਠੇ ਕਰਕੇ ਕਿਹਾ ਕਿ ਮੇਰੀ ਲੱਤ ਵਿੱਚੋਂ ਰੀਹ ਦਾ ਦਰਦ ਹਟਾਓ। ਉਸਨੇ ਕਿਹਾ ਕਿ ਜੇ ਮੇਰੇ ਰੀਹ ਦਾ ਦਰਦ ਨਾ ਹਟਿਆ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਜੇਲ੍ਹ ਵਿੱਚ ਬੰਦ ਕਰ ਦੇਵਾਂਗਾ। ਪੰਡਤਾਂ ਨੇ ਬੜੇ ਯਤਨ ਕੀਤੇ ਅਕਬਰ ਬਾਦਸ਼ਾਹ ਦੀ ਲੱਤ ਵਿੱਚੋਂ ਦਰਦ ਬੰਦ ਕਰਨ ਦੇ। ਪੰਡਤਾਂ ਨੇ ਬੜੇ ਮੰਤਰਾਂ ਦਾ ਜਾਪ ਕਰਕੇ ਅਕਬਰ ਬਾਦਸ਼ਾਹ ਦੇ ਧਾਗੇ ਤਵੀਤ ਬੰਨੇ, ਪਰ ਕਿਸੇ ਵੀ ਚੀਜ਼ ਨਾਲ ਅਕਬਰ ਬਾਦਸ਼ਾਹ ਦੇ ਰੀਹ ਦਾ ਦਰਦ ਨਾ ਹਟਿਆ। ਪੰਡਤਾਂ ਨੇ ਸੋਚਿਆ ਕਿ ਜੇ ਅਕਬਰ ਨੂੰ ਕਿਹਾ ਕਿ ਅਸੀਂ ਹੋਰ ਕੁਝ ਨਹੀਂ ਕਰ ਸਕਦੇ, ਸਾਡੇ ਤਾਂ ਹੱਥ ਖੜ੍ਹੇ ਹਨ, ਤਾਂ ਅਕਬਰ ਬਾਦਸ਼ਾਹ ਨੇ ਸਾਨੂੰ ਜੇਲ੍ਹ ਵਿੱਚ ਬੰਦ ਕਰ ਦੇਣਾ ਹੈ। ਜ਼ਿਆਦਾਤਰ ਪੰਡਤ ਚੁਸਤੀ ਚਲਾਕੀ ਨਾਲ ਹੀ ਕੰਮ ਚਲਾਉਂਦੇ ਸਨ। ਪੰਡਤਾਂ ਨੇ ਇੱਕ ਛੋਟਾ ਜਿਹਾ ਸੋਨੇ ਦਾ ਹੁੱਕਾ ਤਿਆਰ ਕੀਤਾ ਅਤੇ ਉਸਨੂੰ ਇੱਕ ਪਾਈਪ ਭਾਵ ਡੰਡੀ ਲਗਾਈ। ਫਿਰ ਹੁੱਕੇ ਦੇ ਵਿੱਚ ਅੱਕ ਦੇ ਪੌਦੇ ਦੇ ਟੂਸੇ ਪਾਏ। ਉਸ ਟੂਸਿਆਂ ਦੇ ਵਿੱਚ ਇੱਕ ਗਿਰੀ ਜਿਹੀ ਹੁੰਦੀ ਹੈ, ਉਸ ਵਿੱਚ ਬਹੁਤ ਨਸ਼ਾ ਹੁੰਦਾ ਹੈ। ਉਹਨਾਂ ਨੇ ਉਹ ਗਿਰੀ ਅਤੇ ਅੱਕ ਵਿੱਚੋਂ ਜਿਹੜਾ ਦੁੱਧ ਨਿਕਲਦਾ ਹੈ ਉਹ ਚਲਮ ਵਿੱਚ ਪਾ ਦਿੱਤਾ। ਫਿਰ ਪੰਡਤਾਂ ਨੇ ਉਹ ਹੁੱਕਾ ਰਾਜੇ ਦੇ ਕੋਲ ਲਿਆ ਕੇ ਕਿਹਾ ਕਿ ਸਾਡੀ ਜੋਤਿਸ਼ ਵਿੱਦਿਆ ਇਹ ਕਹਿ ਰਹੀ ਹੈ ਕਿ ਇਸ ਹੁੱਕੇ ਨੂੰ ਪੀਣ ਨਾਲ ਤੁਹਾਡਾ ਰੀਹ ਦਾ ਦਰਦ ਬੰਦ ਹੋ ਜਾਵੇਗਾ। ਉਹ ਹੁੱਕਾ ਅਕਬਰ ਬਾਦਸ਼ਾਹ ਪੀਣ ਲੱਗ ਪਿਆ। ਹੁੱਕਾ ਪੀਣ ਨਾਲ ਅਕਬਰ ਬਾਦਸ਼ਾਹ ਨੂੰ ਨਸ਼ਾ ਹੋ ਜਾਂਦਾ ਸੀ, ਜਿਸ ਕਰਕੇ ਰੀਹ ਦਾ ਦਰਦ ਜ਼ਿਆਦਾ ਮਹਿਸੂਸ ਨਹੀਂ ਹੁੰਦਾ ਸੀ। ਜਦੋਂ ਅਕਬਰ ਬਾਦਸ਼ਾਹ ਹੁੱਕਾ ਪੀਣ ਲੱਗ ਪਿਆ ਤਾਂ ਉਸ ਨਾਲ ਧੂੰਆਂ ਹੋਣ ਲੱਗ ਪਿਆ। ਅਕਬਰ ਬਾਦਸ਼ਾਹ ਦੇ ਵਜ਼ੀਰ ਕਿੰਤੂ ਪ੍ਰੰਤੂ ਕਰਨ ਲੱਗ ਪਏ ਕਿ ਅਕਬਰ ਬਾਦਸ਼ਾਹ ਹੁੱਕਾ ਪੀਂਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਤੇਰੇ ਕੋਲ ਵਜ਼ੀਰੀ ਨਹੀਂ ਕਰਨੀ। ਫਿਰ ਅਕਬਰ ਬਾਦਸ਼ਾਹ ਨੇ ਇਹ ਐਲਾਨ ਕਰ ਦਿੱਤਾ ਕਿ ਮੈਂ ਵਜ਼ੀਰ ਉਸੇ ਨੂੰ ਰੱਖੂੰਗਾ ਜਿਹੜਾ ਮੇਰੇ ਕੋਲ ਬੈਠ ਕੇ ਮੇਰੇ ਨਾਲ ਹੁੱਕਾ ਪੀਵੇਗਾ। ਫਿਰ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਉਸਦੇ ਵਜ਼ੀਰ ਵੀ ਹੁੱਕਾ ਪੀਣ ਲੱਗ ਪਏ। ਅਕਬਰ ਬਾਦਸ਼ਾਹ ਨੇ ਹੁੱਕੇ ਦੀ ਦੁਕਾਨ ਹੀ ਖੋਲ੍ਹ ਦਿੱਤੀ। ਅਕਬਰ ਬਾਦਸ਼ਾਹ ਨੇ ਕਿਹਾ ਕਿ ਜਿਸਨੇ ਮੈਨੂੰ ਮਿਲਣ ਆਉਣਾ ਹੋਵੇ ਉਹ ਪਹਿਲਾਂ ਹੁੱਕੇ ਦਾ ਸੂਟਾ ਲਾ ਕੇ ਫਿਰ ਮੇਰੇ ਕੋਲ ਆਵੇ। ਹਿੰਦੂ ਲੋਕ ਬਹੁਤ ਡਰਦੇ ਸਨ। ਹਿੰਦੂਆਂ ਦੇ ਵਿੱਚ ਜੋ ਲਾਲਾ ਸ਼ਬਦ ਚੱਲਿਆ ਹੈ ਉਹ ਇਸੇ ਕਰਕੇ ਚੱਲਿਆ ਹੈ ਕਿ ਡਰਨ ਵਾਲੇ ਬੰਦੇ ਨੂੰ ਲਾਲਾ ਕਿਹਾ ਜਾਂਦਾ ਹੈ ਕਿ ਇਸਨੂੰ ਜਿੱਧਰ ਮਰਜ਼ੀ ਲਾ ਲਾ। ਇਸੇ ਕਰਕੇ ਹਿੰਦੂਆਂ ਨੂੰ ਲਾਲਾ ਕਹਿਣ ਲੱਗ ਪਏ, ਜਿਵੇਂ ਆਪਾਂ ਹਿੰਦੂ ਬੰਦੇ ਨੂੰ ਕਹਿ ਦਿੰਦੇ ਹਾਂ ਲਾਲਾ ਜੀ। ਇਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਇਹ ਹੁੱਕਾ ਪੀਣ ਦਾ ਰਿਵਾਜ ਚੱਲ ਪਿਆ।
ਇਸ ਤੋਂ ਪਹਿਲਾਂ ਹਿੰਦੂ ਧਰਮ ਦੇ ਵਿੱਚ ਹੁੱਕਾ ਨਹੀਂ ਸੀ। ਇਹ ਕਲਗੀਧਰ ਪਾਤਸ਼ਾਹ ਜੀ ਦਾ ਲਿਖਿਆ ਹੋਇਆ ਹੈ। ਹੌਲੀ ਹੌਲੀ ਹੁੱਕੇ ਵਿੱਚ ਤੰਬਾਕੂ ਪਾ ਕੇ ਪੀਣ ਲੱਗ ਪਏ, ਫਿਰ ਤੰਬਾਕੂ ਬੀਜਣ ਲੱਗ ਪਏ। ਅਕਬਰ ਬਾਦਸ਼ਾਹ ਨੇ ਤੀਸਰੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਜੀ ਮੇਰੇ ਰੀਹ ਦਾ ਦਰਦ ਰਹਿੰਦਾ ਹੈ, ਜਿਸ ਕਰਕੇ ਮੈਂ ਹੁੱਕਾ ਨਹੀਂ ਛੱਡ ਸਕਦਾ। ਤੀਸਰੇ ਪਾਤਸ਼ਾਹ ਜੀ ਨੇ ਅਕਬਰ ਬਾਦਸ਼ਾਹ ਨੂੰ ਬਚਨ ਕੀਤਾ ਕਿ ਬਾਦਸ਼ਾਹ, ਹੁੱਕਾ ਛੱਡਣ ਦੀ ਕਿਹੜੀ ਗੱਲ ਹੈ, ਤੇਰਾ ਹੁੱਕਾ ਅਸੀਂ ਅੱਜ ਹੀ ਛੜਾ ਦਿੰਦੇ ਹਾਂ। ਤੀਸਰੇ ਪਾਤਸ਼ਾਹ ਜੀ ਨੇ ਅਕਬਰ ਬਾਦਸ਼ਾਹ ਨੂੰ ਪੁੱਛਿਆ ਕਿ ਤੂੰ ਲੰਗਰ ਵਿੱਚ ਖੀਰ ਖਾਧੀ ਸੀ? ਅਕਬਰ ਬਾਦਸ਼ਾਹ ਨੇ ਕਿਹਾ ਕਿ ਹਾਂਜੀ, ਮੈਂ ਖੀਰ ਖਾਧੀ ਸੀ, ਮੈਨੂੰ ਉਹ ਬਹੁਤ ਹੀ ਸਵਾਦ ਲੱਗੀ। ਤੀਸਰੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਤੂੰ ਹੁਣ ਫਿਰ ਤੁਰ ਕੇ ਵੇਖ। ਜਦੋਂ ਅਕਬਰ ਬਾਦਸ਼ਾਹ ਨੇ ਤੁਰ ਕੇ ਦੇਖਿਆ ਤਾਂ ਉਸਦੀ ਲੱਤ ਵਿੱਚ ਦਰਦ ਭੂਰਾ ਵੀ ਨਹੀਂ ਹੋਇਆ। ਅਕਬਰ ਬਾਦਸ਼ਾਹ ਬੜਾ ਹੈਰਾਨ ਹੋਇਆ। ਗੁਰੂ ਜੀ ਨੇ ਅਕਬਰ ਬਾਦਸ਼ਾਹ ਨੂੰ ਕਿਹਾ ਕਿ ਤੂੰ ਦਰਬਾਰ ਸਾਹਿਬ ਦੇ ਵਿੱਚ ਸਾਰੇ ਗੇੜਾ ਦੇ ਕੇ ਦੇਖ। ਅਕਬਰ ਬਾਦਸ਼ਾਹ ਦਰਬਾਰ ਵਿੱਚ ਸਾਰੇ ਗੇੜਾ ਦੇ ਕੇ ਫਿਰ ਗੁਰੂ ਜੀ ਕੋਲ ਆਇਆ ਤੇ ਕਹਿਣ ਲੱਗਿਆ ਕਿ ਗੁਰੂ ਜੀ, ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਮੇਰੇ ਕਦੇ ਰੀਹ ਦਾ ਦਰਦ ਹੋਇਆ ਹੀ ਨਹੀਂ, ਮੇਰਾ ਦਰਦ ਬਿਲਕੁਲ ਠੀਕ ਹੈ। ਤੀਸਰੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਅਕਬਰ ਬਾਦਸ਼ਾਹ, ਹੁਣ ਤੇਰਾ ਮਨ ਕਿਵੇਂ ਹੈ? ਅਕਬਰ ਬਾਦਸ਼ਾਹ ਨੇ ਕਿਹਾ, ਜੀ ਮੇਰਾ ਮਨ ਤਾਂ ਇਸ ਤਰ੍ਹਾਂ ਹੈ ਕਿ ਮੈਂ ਬਾਦਸ਼ਾਹੀ ਛੱਡ ਕੇ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ ਵਿੱਚ ਹੀ ਰਹਾਂ। ਤੀਸਰੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਅਕਬਰ ਬਾਦਸ਼ਾਹ, ਇਹ ਕਿਹੜੀ ਗੱਲ ਹੈ? ਤੂੰ ਬਾਦਸ਼ਾਹੀ ਵੀ ਕਰ, ਪਰ ਤੂੰ ਬਾਦਸ਼ਾਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਅਨੁਸਾਰ ਕਰ। ਅਕਬਰ ਬਾਦਸ਼ਾਹ ਨੇ ਹੱਥ ਜੋੜ ਕੇ ਕਿਹਾ, ਜੀ ਸੱਤ ਬਚਨ। ਅਕਬਰ ਬਾਦਸ਼ਾਹ ਬਾਬਰ ਦਾ ਪੜੋਤਾ ਸੀ। ਅਕਬਰ ਬਾਦਸ਼ਾਹ ਨੂੰ ਪਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੇਰੇ ਬਾਬੇ ਬਾਬਰ ਦੀਆਂ ਚੱਕੀਆਂ ਚਲਾ ਦਿੱਤੀਆਂ ਸਨ। ਅਕਬਰ ਬਾਦਸ਼ਾਹ ਨੇ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਸੱਤ ਲਕੀਰਾਂ ਕੱਢੀਆਂ ਤੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਹੁੱਕਾ ਨਹੀਂ ਪੀਂਦਾ। ਹੁੱਕਾ ਬੰਦ ਕਰਨ ਦੇ ਬਹੁਤ ਯਤਨ ਕੀਤੇ ਗਏ, ਪਰ ਜੋ ਮਾੜੀ ਚੀਜ਼ ਸ਼ੁਰੂ ਹੋ ਜਾਂਦੀ ਹੈ ਉਹ ਖਤਮ ਨਹੀਂ ਹੁੰਦੀ। ਅਕਬਰ ਬਾਦਸ਼ਾਹ ਨੇ ਤੀਸਰੇ ਪਾਤਸ਼ਾਹ ਜੀ ਦੇ ਸਿੱਖ ਸੇਵਕਾਂ ਨੂੰ ਪੁੱਛਿਆ ਕਿ ਇਹ ਇੰਨਾ ਵੱਡਾ ਲੰਗਰ ਕਿਵੇਂ ਚੱਲਦਾ ਹੈ, ਲੰਗਰ ਵਾਸਤੇ ਇੰਨਾ ਰਾਸ਼ਨ ਕਿੱਥੋਂ ਆਉਂਦਾ ਹੈ? ਬਾਬਾ ਬੁੱਢਾ ਜੀ ਨੇ ਅਕਬਰ ਬਾਦਸ਼ਾਹ ਨੂੰ ਦੱਸਿਆ ਕਿ ਇਹ ਲੰਗਰ ਸਿੱਖਾਂ ਦੇ ਦਸਵੰਧ ਨਾਲ ਚੱਲਦਾ ਹੈ। ਜੋ ਪੱਕੇ ਗੁਰਸਿੱਖ ਹਨ ਉਹ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਲੈ ਕੇ ਆਉਂਦੇ ਹਨ। ਉਸ ਦਸਵੰਧ ਦੇ ਨਾਲ ਲੰਗਰ ਦਾ ਸਾਰਾ ਰਾਸ਼ਨ ਆਉਂਦਾ ਹੈ, ਫਿਰ ਇਹ ਲੰਗਰ ਬਣਦਾ ਹੈ। ਅਕਬਰ ਬਾਦਸ਼ਾਹ ਨੇ ਕਿਹਾ ਕਿ ਜੇ ਕਦੇ ਸਿੱਖ ਨਾ ਆ ਸਕਣ ਤੇ ਦਸਵੰਧ ਨਾ ਲਿਆ ਹੋਵੇ ਤਾਂ ਫਿਰ
ਬਾਬਾ ਬੁੱਢਾ ਜੀ ਨੇ ਫਰਮਾਇਆ ਕਿ ਸਿੱਖ ਇੰਨੇ ਪੱਕੇ ਹਨ, ਭਾਵੇਂ ਮੀਂਹ, ਹਨੇਰੀ, ਤੂਫਾਨ, ਗਰਮੀ, ਸਰਦੀ ਕੁਝ ਵੀ ਹੋਵੇ, ਸਿੱਖ ਕਦੇ ਵੀ ਨਹੀਂ ਰੁਕਦੇ। ਸਿੱਖਾਂ ਦਾ ਪੱਕਾ ਪ੍ਰਣ ਕੀਤਾ ਹੋਇਆ ਹੈ ਕਿ ਗੁਰੂ ਜੀ ਦੇ ਕੋਲ ਆਉਣਾ ਹੀ ਆਉਣਾ ਹੈ। ਇਹ ਸੁਣ ਕੇ ਅਕਬਰ ਬੜਾ ਹੈਰਾਨ ਹੋਇਆ ਅਤੇ ਕਹਿਣ ਲੱਗਿਆ ਕਿ ਸਿੱਖ ਇੰਨੇ ਪੱਕੇ ਹਨ। ਬਾਬਾ ਬੁੱਢਾ ਜੀ ਨੇ ਫਰਮਾਇਆ ਕਿ ਸਿੱਖ ਇੰਨੇ ਪੱਕੇ ਹਨ। ਅਕਬਰ ਬਾਦਸ਼ਾਹ ਨੇ ਪੁੱਛਿਆ ਕਿ ਤੀਸਰੇ ਪਾਤਸ਼ਾਹ ਜੀ ਦਾ ਕਿੰਨਾ ਪਰਿਵਾਰ ਹੈ? ਉਹਨਾਂ ਨੇ ਦੱਸਿਆ ਕਿ ਗੁਰੂ ਜੀ ਦੀਆਂ 2 ਪੁੱਤਰੀਆਂ ਅਤੇ 2 ਪੁੱਤਰ ਹਨ। ਫਿਰ ਅਕਬਰ ਬਾਦਸ਼ਾਹ ਆਪਣੇ ਮਹਿਲਾਂ ਵਿੱਚ ਵਾਪਸ ਚਲਿਆ ਗਿਆ। ਮਹਿਲਾਂ ਵਿੱਚ ਜਾ ਕੇ ਅਕਬਰ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਗੁਰੂ ਜੀ ਦੇ ਵਾਸਤੇ 25 ਕਿੱਲਿਆਂ ਦਾ ਇੱਕ ਪਟਾ ਲਿਖ ਦਿੱਤਾ। ਉਸ ਤੋਂ ਬਾਅਦ ਅਕਬਰ ਬਾਦਸ਼ਾਹ ਗੁਰੂ ਤੀਸਰੇ ਪਾਤਸ਼ਾਹ ਜੀ ਦੇ ਕੋਲ ਬੜੇ ਮਾਣ ਦੇ ਨਾਲ ਆਇਆ ਅਤੇ ਆ ਕੇ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਜੀ, ਮੈਂ ਆਹ 25 ਕਿੱਲਿਆਂ ਦਾ ਪਟਾ ਤੁਹਾਨੂੰ ਦਿੰਦਾ ਹਾਂ। ਤੁਹਾਡੇ ਕੋਲ ਸਿੱਖ ਸੇਵਾਦਾਰ ਬਹੁਤ ਹਨ, ਉਹ ਇਹਨਾਂ 25 ਕਿੱਲਿਆਂ ਦੇ ਵਿੱਚ ਖੇਤੀ ਬੀਜ ਲਿਆ ਕਰਨ। ਮੇਰੇ ਇਹਨਾਂ 25 ਕਿੱਲਿਆਂ ਦੇ ਨਾਲ ਰਹਿੰਦੀ ਦੁਨੀਆ ਤੱਕ ਤੁਹਾਡਾ ਲੰਗਰ ਚੱਲੇ। ਗੁਰੂ ਜੀ ਨੇ ਫਰਮਾਇਆ, ਨਹੀਂ ਅਕਬਰ ਬਾਦਸ਼ਾਹ, ਲੰਗਰ ਦੇ ਵਿੱਚ ਤਾਂ ਅਸੀਂ ਜਿਹੜੇ ਸਿੱਖ ਧਰਮ ਦੀ ਕਿਰਤ ਕਰਕੇ ਦਸਵੰਧ ਲੈ ਕੇ ਆਉਂਦੇ ਹਨ, ਉਹਨਾਂ ਦੀ ਹੀ ਸੇਵਾ ਵਰਤਣੀ ਹੈ, ਅਸੀਂ ਖੇਤੀ ਨਹੀਂ ਕਰਨੀ। ਗੁਰੂ ਜੀ ਨੇ ਬਚਨ ਕੀਤਾ ਕਿ ਸਾਡੀ ਖੇਤੀ ਤਾਂ ਨਾਮ ਜਪਣਾ ਅਤੇ ਨਾਮ ਜਪਾਉਣਾ ਹੈ, ਸਾਡੀ ਖੇਤੀ ਤਾਂ ਨਸ਼ਾ ਛਡਾਉਣਾ, ਮਾੜੇ ਕੰਮਾਂ ਤੋਂ ਹਟਾਉਣਾ ਹੈ, ਸਿੱਖ ਦੇ ਜੀਵਨ ਦਾ ਪਲਟਾ ਲਿਆਉਣਾ ਹੈ। ਗੁਰੂ ਜੀ ਨੇ ਅਕਬਰ ਬਾਦਸ਼ਾਹ ਤੋਂ ਉਹ 25 ਕਿੱਲੇ ਨਹੀਂ ਲਏ। ਅਕਬਰ ਬਾਦਸ਼ਾਹ ਗੁਰੂ ਜੀ ਕੋਲੋਂ ਬਾਹਰ ਆ ਕੇ ਢਿੱਲਾ ਜਿਹਾ ਹੋ ਕੇ ਬੈਠ ਗਿਆ ਅਤੇ ਸੋਚਣ ਲੱਗ ਪਿਆ। ਫਿਰ ਅਕਬਰ ਬਾਦਸ਼ਾਹ ਨੇ ਬਾਬਾ ਬੁੱਢਾ ਜੀ ਅਤੇ ਹੋਰ ਸਿੱਖ ਸੇਵਕਾਂ ਨੂੰ ਕਿਹਾ ਕਿ ਮੈਂ ਤਾਂ 25 ਕਿੱਲੇ ਦੇਣ ਦੀ ਸਹੁੰ ਖਾ ਕੇ ਆਇਆ ਹਾਂ, ਮੈਂ ਇਹ 25 ਕਿੱਲੇ ਦੇ ਕੇ ਹੀ ਜਾਣੇ ਹਨ। ਹੁਣ ਮੈਨੂੰ ਦੱਸੋ ਕਿ ਇਹ 25 ਕਿੱਲੇ ਮੈਂ ਕਿਸ ਨੂੰ ਦੇਵਾਂ? ਫਿਰ ਬਾਬਾ ਬੁੱਢਾ ਜੀ ਅਤੇ ਸਿੱਖ ਸੇਵਕਾਂ ਨੇ ਵਿਚਾਰ ਕਰਦੇ ਕਰਦੇ ਅਕਬਰ ਬਾਦਸ਼ਾਹ ਨੂੰ ਕਿਹਾ ਕਿ ਗੁਰੂ ਜੀ ਦੀ ਵੱਡੀ ਪੁੱਤਰੀ ਬੀਬੀ ਭਾਨੀ ਜੀ ਹਨ, ਇਹ 25 ਕਿੱਲੇ ਉਹਨਾਂ ਨੂੰ ਦੇ ਦਵੋ। ਹੁਣ ਇਹ ਜੋ ਕੁਝ ਵੀ ਹੋ ਰਿਹਾ ਸੀ ਉਹ ਨਿਰੰਕਾਰ ਹੀ ਕਰਵਾ ਰਿਹਾ ਸੀ, ਕਿਉਂਕਿ ਨਿਰੰਕਾਰ ਨੇ ਕਲਯੁੱਗ ਦੇ ਵਿੱਚ ਸਭ ਤੋਂ ਵੱਡਾ ਤੀਰਥ ਪ੍ਰਗਟ ਕਰਨਾ ਸੀ। ਅਕਬਰ ਬਾਦਸ਼ਾਹ ਨੇ ਉਹ 25 ਕਿੱਲੇ ਦਾ ਪਟਾ ਬੀਬੀ ਭਾਨੀ ਜੀ ਦੇ ਨਾਮ ਲਿਖ ਦਿੱਤਾ। ਬੀਬੀ ਭਾਨੀ ਜੀ ਦਾ ਵਿਆਹ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਨਾਲ ਹੋਇਆ। ਉਸ ਸਮੇਂ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਨਹੀਂ ਮਿਲੀ ਸੀ। ਗੁਰੂ ਰਾਮਦਾਸ ਜੀ ਤੀਸਰੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਸਨ। ਤੀਸਰੇ ਪਾਤਸ਼ਾਹ ਜੀ ਨੇ ਦੇਖਿਆ ਕਿ ਗੋਬਿੰਦਵਾਲ ਸਾਹਿਬ
ਗੁਰੂ ਰਾਮਦਾਸ ਜੀ ਦੇ ਨਾਲ ਕਈ ਗੁਰੂ ਘਰ ਵਿੱਚੋਂ ਈਰਖਾ ਕਰਦੇ ਹਨ, ਕਿਉਂਕਿ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਤੀਸਰੇ ਪਾਤਸ਼ਾਹ ਜੀ ਦੇ ਕੋਲ ਹੀ ਰਹਿੰਦੇ ਸਨ। ਤੀਸਰੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਦੀ ਸੇਵਾ ਤੋਂ ਬਹੁਤ ਖੁਸ਼ ਸਨ, ਜਿਸ ਕਰਕੇ ਗੁਰੂ ਰਾਮਦਾਸ ਜੀ ਤੋਂ ਕਈ ਈਰਖਾ ਕਰਦੇ ਸਨ। ਤੀਸਰੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਅਕਬਰ ਬਾਦਸ਼ਾਹ ਜੋ 25 ਕਿੱਲੇ ਦਾ ਪਟਾ ਬੀਬੀ ਭਾਨੀ ਜੀ ਨੂੰ ਦੇ ਕੇ ਗਿਆ ਸੀ, ਉਹ ਜਗ੍ਹਾ ਦੇਖੀ ਜਾਵੇ। ਤੀਸਰੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਨੂੰ ਉਹ ਜਗ੍ਹਾ ਦੇਖਣ ਲਈ ਭੇਜ ਦਿੱਤਾ। ਗੁਰੂ ਰਾਮਦਾਸ ਜੀ ਕੁਝ ਸਿੱਖ ਸੇਵਕਾਂ ਦੇ ਨਾਲ ਉਸ ਜਗ੍ਹਾ ਨੂੰ ਦੇਖਣ ਲਈ ਚਲੇ ਗਏ। ਉਸ ਸਮੇਂ ਉਸ ਜਗ੍ਹਾ 'ਤੇ ਬੀਬੀ ਰਜਨੀ ਦੇ ਪਤੀ ਦਾ ਉੱਥੇ ਰੌਲਾ ਪੈ ਰਿਹਾ ਸੀ। ਬੀਬੀ ਰਜਨੀ ਪੱਟੀ ਦੇ ਰਾਜੇ ਦੁਨੀ ਚੰਦ ਦੀ ਸਭ ਤੋਂ ਛੋਟੀ ਲੜਕੀ ਸੀ। ਦੁਨੀ ਚੰਦ ਦੇ 6 ਲੜਕੀਆਂ ਹੋ ਚੁੱਕੀਆਂ ਸਨ। ਦੁਨੀ ਚੰਦ ਰਾਜਾ ਸ਼ਰਾਬ ਪੀਂਦਾ ਸੀ। ਜਦੋਂ ਦੁਨੀ ਚੰਦ ਦੀ ਘਰਵਾਲੀ ਦੇ 7ਵੀਂ ਔਲਾਦ ਹੋਣ ਵਾਲੀ ਸੀ, ਉਦੋਂ ਦੁਨੀ ਚੰਦ ਅਤੇ ਦੁਨੀ ਚੰਦ ਦੀ ਘਰਵਾਲੀ ਮੰਦਰ ਵਿੱਚ ਜਾਇਆ ਕਰਦੇ ਸਨ ਅਤੇ ਉੱਥੇ ਸੇਵਾ ਸਿਮਰਨ ਕਰਿਆ ਕਰਦੇ ਸਨ। ਦੁਨੀ ਚੰਦ ਦੀ ਘਰਵਾਲੀ ਮੰਦਰ ਦੇ ਵਿੱਚ ਬੈਠ ਕੇ ਰਾਮ ਰਾਮ ਜਪਿਆ ਕਰਦੀ ਸੀ। ਦੁਨੀ ਚੰਦ ਵੀ ਮੰਦਰ ਵਿੱਚ ਜਾਣ ਲੱਗ ਪਿਆ ਸੀ, ਪਰ ਉਸਨੇ ਸ਼ਰਾਬ ਪੀਣੀ ਨਹੀਂ ਛੱਡੀ, ਜਿਸ ਕਰਕੇ ਰਾਜੇ ਦੇ 7ਵੀਂ ਔਲਾਦ ਵੀ ਲੜਕੀ ਹੀ ਹੋ ਗਈ। ਉਹ ਲੜਕੀ ਬੀਬੀ ਰਜਨੀ ਸੀ। ਜਦੋਂ ਬੀਬੀ ਰਜਨੀ ਥੋੜ੍ਹੀ ਵੱਡੀ ਹੋਈ ਤਾਂ ਉਹ ਵੀ ਮੰਦਰ ਜਾਣ ਲੱਗ ਪਈ। ਇੱਕ ਦਿਨ ਜਦੋਂ ਰਾਜਾ ਆਪਣੀ ਕਚਹਿਰੀ ਵਿੱਚੋਂ ਘਰੇ ਆਇਆ ਤਾਂ ਉਸਦੀਆਂ ਸਾਰੀਆਂ ਲੜਕੀਆਂ ਉਸਦੇ ਕੋਲ ਆ ਗਈਆਂ। ਰਾਜੇ ਨੇ ਪੁੱਛਿਆ ਕਿ ਰਜਨੀ ਕਿੱਥੇ ਹੈ? ਉਹਨਾਂ ਨੇ ਕਿਹਾ ਕਿ ਰਜਨੀ ਮੰਦਰ ਵਿੱਚ ਗਈ ਹੋਈ ਹੈ। ਰਾਜਾ ਇਹ ਸੁਣ ਕੇ ਬੜਾ ਕ੍ਰੋਧਵਾਨ ਹੋਇਆ। ਉਸਨੇ ਕਿਹਾ ਕਿ ਰਜਨੀ ਨੂੰ ਮੰਦਰ ਵਿੱਚੋਂ ਲੈ ਕੇ ਆਓ। ਰਜਨੀ ਨੂੰ ਮੰਦਰ ਵਿੱਚੋਂ ਲੈ ਆਂਦਾ। ਰਾਜੇ ਨੇ ਰਜਨੀ ਨੂੰ ਕਿਹਾ ਕਿ ਪੁੱਤਰੀ, ਤੂੰ ਮੰਦਰ ਵਿੱਚ ਕੀ ਕਰਨ ਗਈ ਸੀ? ਉੱਥੇ ਕੀ ਪਿਆ ਹੈ? ਮੈਂ ਰਾਜਾ ਹਾਂ, ਮੈਂ ਤੇਰਾ ਵਿਆਹ ਕਰਨਾ ਹੈ, ਮੈਂ ਤੇਰਾ ਸਾਰਾ ਕੁਝ ਸਵਾਰਨਾ ਹੈ, ਮੇਰਾ ਦਿੱਤਾ ਹੋਇਆ ਤੁਸੀਂ 7 ਭੈਣਾਂ ਖਾਂਦੀਆਂ ਹੋ। ਸਾਧ ਸੰਗਤ ਜੀ, ਜੋ ਬੰਦਾ ਆਪਣੀਆਂ ਮਾੜੀਆਂ ਆਦਤਾਂ ਨਹੀਂ ਛੱਡਦਾ, ਉਹ ਕਦੇ ਵੀ ਆਪਣੇ ਵਿੱਚ ਕਸੂਰ ਨਹੀਂ ਕੱਢਦਾ। ਉਹ ਥੋੜ੍ਹੀ ਦੇਰ ਪਰਮਾਤਮਾ ਦਾ ਨਾਮ ਜਪਣ ਤੋਂ ਬਾਅਦ ਜਦੋਂ ਉਸਨੂੰ ਦਾਤ ਨਹੀਂ ਮਿਲਦੀ ਤਾਂ ਉਹ ਭਗਵਾਨ ਦੀ ਨਿੰਦਿਆ ਕਰਨ ਲੱਗ ਜਾਂਦਾ ਹੈ। ਆਪਾਂ ਬਹੁਤ ਲੋਕ ਇਸ ਤਰ੍ਹਾਂ ਦੇ ਦੇਖਦੇ ਹਾਂ, ਜਿਹੜੇ ਥੋੜ੍ਹਾ ਸਮਾਂ ਗੁਰਦੁਆਰੇ ਮੰਦਰ ਵਿੱਚ ਜਾਂਦੇ ਹਨ ਅਤੇ ਪਾਠ ਪੂਜਾ ਆਪਣੇ ਮਤਲਬ ਦੇ ਵਾਸਤੇ ਕਰਦੇ ਹਨ, ਪਰ ਜਦੋਂ ਉਹਨਾਂ ਨੂੰ ਮਨਚਾਹੀ ਦਾਤ ਨਹੀਂ ਪ੍ਰਾਪਤ ਹੁੰਦੀ ਤਾਂ ਉਹ ਰੱਬ ਦੀ ਨਿੰਦਿਆ ਕਰਨ ਲੱਗ ਜਾਂਦੇ ਹਨ। ਉਹ ਇਹ ਨਹੀਂ ਦੇਖਦੇ ਕਿ ਅਸੀਂ ਆਪਣੇ ਮਾੜੇ ਕਰਮ ਕਰਨੇ ਨਹੀਂ ਛੱਡੇ,
ਅਸੀਂ ਨਸ਼ਾ ਨਹੀਂ ਛੱਡਿਆ, ਅਸੀਂ ਲੋਕਾਂ ਦੇ ਨਾਲ ਠੱਗੀਆਂ ਮਾਰਨੀਆਂ ਨਹੀਂ ਛੱਡੀਆਂ। ਇਸੇ ਤਰ੍ਹਾਂ ਉਹ ਦੁਨੀ ਚੰਦ ਰਾਜਾ ਰੱਬ ਦੀ ਨਿੰਦਿਆ ਕਰਨ ਲੱਗ ਪਿਆ ਸੀ, ਕਿਉਂਕਿ ਉਸਦੇ ਇੱਕ ਵੀ ਪੁੱਤਰ ਨਹੀਂ ਹੋਇਆ ਸੀ, ਉਸਦੇ 7 ਲੜਕੀਆਂ ਹੋ ਗਈਆਂ ਸਨ। ਦੁਨੀ ਚੰਦ ਰਾਜੇ ਨੇ ਕਿਹਾ ਕਿ ਤੁਸੀਂ ਸਾਰੀਆਂ ਭੈਣਾਂ ਮੇਰਾ ਦਿੱਤਾ ਹੋਇਆ ਖਾਂਦੀਆਂ ਹੋ। ਰਜਨੀ ਨੂੰ ਮਾਤਾ ਦੀ ਕੁੱਖ ਵਿੱਚ ਹੀ ਗਿਆਨ ਹੋ ਗਿਆ ਸੀ, ਕਿਉਂਕਿ ਜਦੋਂ ਰਜਨੀ ਦਾ ਜਨਮ ਹੋਣ ਵਾਲਾ ਸੀ ਉਸ ਸਮੇਂ ਉਸਦੀ ਮਾਤਾ ਮੰਦਰ ਵਿੱਚ ਬੈਠ ਕੇ ਰਾਮ ਰਾਮ ਦਾ ਭਜਨ ਕਰਿਆ ਕਰਦੀ ਸੀ। ਉਸਦਾ ਮਨ ਸੱਚਾ ਸੀ। ਦੁਨੀ ਚੰਦ ਦੀ ਇਹ ਗੱਲ ਸੁਣ ਕੇ ਰਜਨੀ ਨੇ ਕਿਹਾ ਕਿ ਸਾਰੀ ਦੁਨੀਆ ਅਕਾਲ ਪੁਰਖ ਦਾ ਦਿੱਤਾ ਹੋਇਆ ਖਾਂਦੀ ਹੈ। ਰਜਨੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ, ਮੈਂ ਉਸ ਪਰਮਾਤਮਾ ਦਾ ਦਿੱਤਾ ਹੋਇਆ ਖਾਂਦੀ ਹਾਂ, ਮੈਂ ਤੁਹਾਡਾ ਦਿੱਤਾ ਹੋਇਆ ਨਹੀਂ ਖਾਂਦੀ। ਇਹ ਸੁਣ ਕੇ ਦੁਨੀ ਚੰਦ ਰਾਜੇ ਨੂੰ ਬੜਾ ਕ੍ਰੋਧ ਆਇਆ। ਉਸਨੇ ਆਪਣੀਆਂ ਸਾਰੀਆਂ ਲੜਕੀਆਂ ਨੂੰ ਪੁੱਛਿਆ ਕਿ ਤੁਸੀਂ ਕਿਸਦਾ ਦਿੱਤਾ ਹੋਇਆ ਖਾਂਦੀਆਂ ਹੋ। ਸਾਰੀਆਂ ਲੜਕੀਆਂ ਨੇ ਕਿਹਾ ਕਿ ਪਿਤਾ ਜੀ, ਅਸੀਂ ਤੁਹਾਡਾ ਦਿੱਤਾ ਹੋਇਆ ਖਾਂਦੀਆਂ ਹਾਂ। ਪਰ ਰਜਨੀ ਨੇ ਫਿਰ ਉਹੀ ਗੱਲ ਕਹੀ ਕਿ ਮੈਂ ਉਸ ਪਰਮਾਤਮਾ ਦਾ ਦਿੱਤਾ ਹੋਇਆ ਖਾਂਦੀ ਹਾਂ। ਰਜਨੀ ਨੂੰ ਸਾਰਿਆਂ ਨੇ ਬਹੁਤ ਸਮਝਾਇਆ ਪਰ ਰਜਨੀ ਨਾ ਮੰਨੀ। ਰਾਜਾ ਨਸ਼ਈ ਸੀ। ਉਸਨੇ ਕਿਹਾ ਕਿ ਇਸਦਾ ਵਿਆਹ ਕਿਸੇ ਕੋੜੀ ਦੇ ਨਾਲ ਕਰ ਦਵੋ। ਬੀਬੀ ਰਜਨੀ ਨੂੰ ਸਾਰਿਆਂ ਨੇ ਬਹੁਤ ਸਮਝਾਇਆ ਕਿ ਤੂੰ ਕਹਿ ਦੇ ਕਿ ਮੈਂ ਤੇਰਾ ਦਿੱਤਾ ਖਾਂਦੀ ਹਾਂ। ਪਰ ਬੀਬੀ ਰਜਨੀ ਨੇ ਕਿਹਾ ਕਿ ਮੈਨੂੰ ਗਿਆਨ ਹੈ, ਮੈਂ ਝੂਠ ਨਹੀਂ ਬੋਲ ਸਕਦੀ, ਭਾਵੇਂ ਕੁਝ ਵੀ ਹੋ ਜਾਵੇ, ਮੈਂ ਤਾਂ ਪਰਮਾਤਮਾ ਦਾ ਦਿੱਤਾ ਹੋਇਆ ਹੀ ਖਾਂਦੀ ਹਾਂ। ਅਖੀਰ ਬੀਬੀ ਰਜਨੀ ਦਾ ਵਿਆਹ ਇੱਕ ਕੋੜੀ ਦੇ ਨਾਲ ਕਰ ਦਿੱਤਾ। ਉਸ ਸਮੇਂ ਬੀਬੀ ਰਜਨੀ ਦੀ ਉਮਰ 16 ਸਾਲ ਸੀ। ਬੀਬੀ ਰਜਨੀ ਨੇ ਕਿਹਾ ਕਿ ਮੈਨੂੰ ਸਭ ਮਨਜ਼ੂਰ ਹੈ, ਇਹ ਕੋੜੀ ਪਤੀ ਵੀ ਮੇਰੇ ਕਰਮਾਂ ਦਾ ਹੀ ਹੈ। ਫਿਰ ਬੀਬੀ ਰਜਨੀ ਆਪਣੇ ਕੋੜੀ ਪਤੀ ਨੂੰ ਲੈ ਕੇ ਬਹੁਤ ਥਾਵਾਂ 'ਤੇ ਫਿਰਦੀ ਰਹੀ। ਕੁਝ ਸਮਾਂ ਲੰਘਣ ਤੋਂ ਬਾਅਦ ਇੱਕ ਦਿਨ ਬੀਬੀ ਰਜਨੀ ਆਪਣੇ ਪਤੀ ਨੂੰ ਇੱਕ ਛੱਪੜ ਦੇ ਕਿਨਾਰੇ ਛੱਡ ਕੇ ਕੋਈ ਕੰਮ ਕਰਨ ਵਾਸਤੇ ਚਲੀ ਗਈ। ਬੀਬੀ ਰਜਨੀ ਪ੍ਰਸ਼ਾਦਾ ਪਾਣੀ ਕਿਸੇ ਤੋਂ ਮੰਗ ਕੇ ਨਹੀਂ ਖਾਂਦੀ ਸੀ। ਉਹ ਕੋਈ ਨਾ ਕੋਈ ਹੱਥੀਂ ਕੰਮ ਕਰਕੇ ਜਾਂ ਸੇਵਾ ਕਰਕੇ ਫਿਰ ਪ੍ਰਸ਼ਾਦਾ ਪਾਣੀ ਛਕਦੀ ਸੀ ਅਤੇ ਆਪਣੇ ਪਤੀ ਨੂੰ ਛਕਾਉਂਦੀ ਸੀ। ਸਾਧ ਸੰਗਤ ਜੀ, ਸੱਚ 'ਤੇ ਚੱਲਣਾ ਸਭ ਤੋਂ ਔਖਾ ਕੰਮ ਹੈ। ਜਦੋਂ ਬੀਬੀ ਰਜਨੀ ਆਪਣੇ ਪਤੀ ਨੂੰ ਇੱਕ ਛੱਪੜ ਦੇ ਕਿਨਾਰੇ 'ਤੇ ਛੱਡ ਕੇ ਕੋਈ ਕੰਮ ਕਰਨ ਲਈ ਗਈ ਤਾਂ ਉਸਦੇ ਪਤੀ ਨੇ ਦੇਖਿਆ ਕਿ ਛੱਪੜ ਦੇ ਵਿੱਚ ਕਾਲੇ ਕਾਂ ਚੁੱਭੀ ਮਾਰਦੇ ਹਨ ਅਤੇ ਚਿੱਟੇ ਹੰਸ ਬਣ ਕੇ ਨਿਕਲ ਰਹੇ ਹਨ। ਛੱਪੜ ਦੇ ਕਿਨਾਰੇ 'ਤੇ ਇੱਕ ਬੇਰੀ ਲੱਗੀ ਹੋਈ ਸੀ। ਬੀਬੀ ਰਜਨੀ ਦਾ ਪਤੀ ਬੇਰੀ ਦੀਆਂ ਟਹਿਣੀਆਂ ਨੂੰ ਪਕੜ ਕੇ
ਹੌਲੀ ਹੌਲੀ ਉਸ ਛੱਪੜ ਦੇ ਵਿੱਚ ਵੜ ਗਿਆ। ਉਸੇ ਸਮੇਂ ਉਸਦਾ ਸਾਰਾ ਕੋਲ ਠੀਕ ਹੋ ਗਿਆ, ਉਸਦਾ ਸਰੀਰ ਕੰਚਨ ਵਰਗਾ ਬਣ ਗਿਆ। ਫਿਰ ਉਹ ਛੱਪੜ ਵਿੱਚੋਂ ਬਾਹਰ ਨਿਕਲ ਕੇ ਬੈਠ ਗਿਆ। ਜਦੋਂ ਬੀਬੀ ਰਜਨੀ ਵਾਪਸ ਆਈ ਤਾਂ ਉਸਨੇ ਇੱਧਰ ਉੱਧਰ ਦੇਖਿਆ ਤਾਂ ਉਸਨੂੰ ਉਸਦਾ ਪਤੀ ਨਜ਼ਰ ਨਹੀਂ ਆਇਆ। ਰਜਨੀ ਨੇ ਪੁੱਛਿਆ ਕਿ ਮੇਰਾ ਪਤੀ ਕਿੱਥੇ ਹੈ? ਰਜਨੀ ਦੇ ਪਤੀ ਨੇ ਕਿਹਾ ਕਿ ਮੈਂ ਹੀ ਤੇਰਾ ਪਤੀ ਹਾਂ। ਰਜਨੀ ਨੇ ਕਿਹਾ ਕਿ ਤੂੰ ਮੇਰਾ ਪਤੀ ਨਹੀਂ ਹੈ, ਮੇਰੇ ਪਤੀ ਨੂੰ ਤਾਂ ਕੋੜ ਹੋਇਆ ਹੋਇਆ ਹੈ। ਰਜਨੀ ਨੇ ਸੋਚਿਆ ਕਿ ਇਸਨੇ ਮੇਰੇ ਪਤੀ ਨੂੰ ਛੱਪੜ ਵਿੱਚ ਡਬੋ ਦਿੱਤਾ ਹੈ ਤੇ ਉਸਦੀ ਜਗ੍ਹਾ ਤੇ ਇਹ ਆਪ ਬੈਠ ਗਿਆ ਹੈ। ਜਦੋਂ ਇਸ ਤਰ੍ਹਾਂ ਰੌਲਾ ਪੈਣ ਲੱਗਿਆ ਤਾਂ ਲੋਕ ਇਕੱਠੇ ਹੋ ਗਏ। ਬੀਬੀ ਰਜਨੀ ਨੇ ਕਿਹਾ ਕਿ ਇਹ ਮੇਰਾ ਪਤੀ ਨਹੀਂ ਹੈ। ਉਸ ਸਮੇਂ ਗੁਰੂ ਰਾਮਦਾਸ ਜੀ ਕੁਝ ਸਿੱਖਾਂ ਸੇਵਕਾਂ ਦੇ ਨਾਲ ਕੋਠਾ ਸਾਹਿਬ ਵਿੱਚ ਬੈਠੇ ਸਨ। ਉਸ ਸਮੇਂ ਇੱਕ ਕੋਠਾ ਬਣਿਆ ਹੋਇਆ ਸੀ ਜੋ ਹਰਿਮੰਦਰ ਸਾਹਿਬ ਅਕਾਲ ਤਖ਼ਤ ਦੇ ਥੱਲੇ ਵਾਲੇ ਪਾਸੇ ਹੈ। ਗੁਰੂ ਰਾਮਦਾਸ ਜੀ ਉਸ ਸਮੇਂ ਤੀਸਰੇ ਪਾਤਸ਼ਾਹ ਜੀ ਦੇ ਹੁਕਮ ਨਾਲ 25 ਕਿੱਲਿਆਂ ਵਾਲੀ ਜਗ੍ਹਾ ਨੂੰ ਦੇਖਣ ਲਈ ਆਏ ਹੋਏ ਸਨ। ਬੀਬੀ ਰਜਨੀ ਦੇ ਪਤੀ ਦਾ ਰੌਲਾ ਪੈਂਦਾ ਪੈਂਦਾ ਗੁਰੂ ਰਾਮਦਾਸ ਜੀ ਦੇ ਕੋਲ ਪਹੁੰਚ ਗਿਆ। ਜ਼ਿਆਦਾਤਰ ਆਪਾਂ ਜਿੰਨੀਆਂ ਵੀ ਸਾਖੀਆਂ ਸੁਣਦੇ ਹਾਂ ਉਸ ਵਿੱਚ ਬੀਬੀ ਰਜਨੀ ਅਤੇ ਉਸਦੇ ਪਤੀ ਦੀ ਹੀ ਸਾਖੀ ਸੁਣਾਈ ਜਾਂਦੀ ਹੈ ਕਿ ਬੇਰੀ ਨੂੰ ਪਕੜ ਕੇ ਉਸਦਾ ਪਤੀ ਛੱਪੜ ਵਿੱਚ ਵੜ ਗਿਆ ਸੀ ਅਤੇ ਉਸਦੇ ਪਤੀ ਦਾ ਕੋੜ ਠੀਕ ਹੋ ਗਿਆ ਸੀ। ਪਰ ਜੋ ਅਸਲੀ ਸਾਖੀ ਹੈ ਉਹ ਇਹ ਹੈ ਕਿ ਉਸ ਸਮੇਂ ਗੁਰੂ ਰਾਮਦਾਸ ਜੀ ਵੀ ਉੱਥੇ ਮੌਜੂਦ ਸਨ। ਜਦੋਂ ਬੀਬੀ ਰਜਨੀ ਦਾ ਰੌਲਾ ਗੁਰੂ ਰਾਮਦਾਸ ਜੀ ਦੇ ਕੋਲ ਪਹੁੰਚਿਆ ਤਾਂ ਗੁਰੂ ਰਾਮਦਾਸ ਜੀ ਕੋਠਾ ਸਾਹਿਬ ਤੋਂ ਉੱਠ ਕੇ ਦੁੱਖ ਭੰਜਨੀ ਬੇਰੀ ਦੇ ਕੋਲ ਆ ਗਏ। ਰਜਨੀ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਇਹ ਮੇਰਾ ਪਤੀ ਨਹੀਂ ਹੈ, ਮੇਰੇ ਪਤੀ ਦੇ ਸਾਰੇ ਸਰੀਰ 'ਤੇ ਕੋੜ ਸੀ, ਇਸਨੇ ਮੇਰੇ ਪਤੀ ਨੂੰ ਇਸ ਛੱਪੜ ਦੇ ਵਿੱਚ ਡਬੋ ਦਿੱਤਾ ਹੈ ਅਤੇ ਆਪ ਉਸਦੀ ਜਗ੍ਹਾ 'ਤੇ ਬੈਠ ਗਿਆ ਹੈ। ਗੁਰੂ ਰਾਮਦਾਸ ਜੀ ਨੇ ਫਰਮਾਇਆ ਕਿ ਬੀਬਾ ਵੈਸੇ ਤੇਰਾ ਪਤੀ ਇਹੀ ਹੈ, ਪਰ ਬੀਬੀ ਰਜਨੀ ਫੇਰ ਵੀ ਨਹੀਂ ਮੰਨੀ। ਬੀਬੀ ਰਜਨੀ ਸੱਚ 'ਤੇ ਚੱਲਣ ਵਾਲੀ ਬੀਬੀ ਸੀ। ਰਜਨੀ ਦੇ ਪਤੀ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਮੈਂ ਬੇਰੀ ਦੀਆਂ ਟਹਿਣੀਆਂ ਪਕੜ ਕੇ ਇਸ ਛੱਪੜ ਵਿੱਚ ਵੜਿਆ ਸੀ ਅਤੇ ਮੇਰਾ ਸਾਰਾ ਸਰੀਰ ਕੰਚਨ ਵਰਗਾ ਹੋ ਗਿਆ, ਭਾਵ ਮੇਰਾ ਸਾਰਾ ਕੋੜ ਠੀਕ ਹੋ ਗਿਆ। ਬੀਬੀ ਰਜਨੀ ਦੇ ਪਤੀ ਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਮੈਂ ਪਹਿਲਾਂ ਇਸ ਛੱਪੜ ਦੇ ਵਿੱਚੋਂ ਕਾਲੇ ਕਾਂ ਹੰਸ ਬਣ ਬਣ ਕੇ ਨਿਕਲਦੇ ਦੇਖੇ ਸਨ, ਫਿਰ ਮੈਂ ਬੇਰੀ ਦੀਆਂ ਟਹਿਣੀਆਂ ਪਕੜ ਕੇ ਇਸ ਛੱਪੜ ਵਿੱਚ ਵੜ ਗਿਆ ਜਿਸ ਨਾਲ ਮੇਰਾ ਸਾਰਾ ਸਰੀਰ ਕੰਚਨ ਵਰਗਾ ਹੋ ਗਿਆ, ਭਾਵ ਮੇਰਾ ਸਾਰਾ ਕੋੜ ਠੀਕ ਹੋ ਗਿਆ।
ਬੀਬੀ ਰਜਨੀ ਦੇ ਪਤੀ ਨੇ ਕਿਹਾ ਕਿ ਮੈਂ ਆਪਣਾ ਇੱਕ ਹੱਥ ਜਿਸ ਨਾਲ ਟਹਿਣੀਆਂ ਪਕੜੀਆਂ ਸਨ ਇਹ ਇਸ ਵਿੱਚ ਨਹੀਂ ਪਾਇਆ, ਇਸ ਹੱਥ 'ਤੇ ਮੇਰੇ ਹਜੇ ਵੀ ਕੋੜ ਹੈ। ਗੁਰੂ ਰਾਮਦਾਸ ਜੀ ਨੇ ਫਰਮਾਇਆ ਕਿ ਬੀਬਾ, ਜੇ ਇਸਦੇ ਹੱਥ ਦਾ ਕੋੜ ਇਸ ਜਲ ਵਿੱਚ ਪਾਉਣ 'ਤੇ ਠੀਕ ਹੋ ਗਿਆ ਤਾਂ ਤੂੰ ਮੰਨ ਜਾਵੇਂਗੀ ਕਿ ਇਹੀ ਤੇਰਾ ਪਤੀ ਹੈ। ਬੀਬੀ ਰਜਨੀ ਨੇ ਕਿਹਾ, ਹਾਂਜੀ, ਫੇਰ ਮੈਨੂੰ ਯਕੀਨ ਹੋ ਜਾਵੇਗਾ ਕਿ ਇਹੀ ਮੇਰਾ ਪਤੀ ਹੈ। ਫਿਰ ਬੀਬੀ ਰਜਨੀ ਦੇ ਪਤੀ ਨੇ ਆਪਣਾ ਹੱਥ ਉਸ ਛੱਪੜ ਦੇ ਜਲ ਵਿੱਚ ਪਾਇਆ ਤਾਂ ਉਸੇ ਸਮੇਂ ਉਸਦੇ ਪਤੀ ਦੇ ਹੱਥ ਦਾ ਕੋੜ ਬਿਲਕੁਲ ਠੀਕ ਹੋ ਗਿਆ, ਉਸਦਾ ਹੱਥ ਕੰਚਨ ਵਰਗਾ ਹੋ ਗਿਆ। ਇਹ ਚਮਤਕਾਰ ਦੇਖ ਕੇ ਸਾਰੇ ਲੋਕ ਬਹੁਤ ਹੈਰਾਨ ਹੋਏ। ਇਸ ਕੌਤਕ ਤੋਂ ਬਾਅਦ ਤੀਸਰੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਦੀ ਡਿਊਟੀ ਪੱਕੀ ਹੀ ਇਸ ਜਗ੍ਹਾ 'ਤੇ ਲਗਾ ਦਿੱਤੀ। ਇਸ ਜਗ੍ਹਾ 'ਤੇ ਸਭ ਤੋਂ ਪਹਿਲਾਂ ਬੀਬੀ ਰਜਨੀ ਅਤੇ ਉਸਦਾ ਪਤੀ ਸੇਵਾ ਕਰਨ ਲੱਗੇ। ਉੱਧਰ ਦੁਨੀ ਚੰਦ ਰਾਜੇ ਦੀਆਂ ਸਾਰੀਆਂ ਲੜਕੀਆਂ ਦਾ ਵਿਆਹ ਹੋ ਗਿਆ। ਦੁਨੀ ਚੰਦ ਰਾਜੇ ਨੂੰ ਨਸ਼ੇ ਦੇ ਕਾਰਨ ਬਿਮਾਰੀ ਲੱਗ ਗਈ, ਉਸਦਾ ਰਾਜ ਖੁੱਸ ਗਿਆ। ਉਸਦੀ ਇੰਨੀ ਭੈੜੀ ਹਾਲਤ ਹੋ ਗਈ ਕਿ ਉਹ ਸੂਰਨੀਆਂ ਨੂੰ ਚਾਰਨ ਲੱਗਾ। ਸੂਰਨੀਆਂ ਨੂੰ ਚਾਰਦੇ ਚਾਰਦੇ ਉਹ ਉਸੇ ਜਗ੍ਹਾ 'ਤੇ ਪਹੁੰਚ ਗਿਆ ਜਿੱਥੇ ਬੀਬੀ ਰਜਨੀ ਅਤੇ ਉਸਦਾ ਪਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਸੇਵਾ ਕਰ ਰਹੇ ਸਨ। ਸਾਧ ਸੰਗਤ ਜੀ, ਹੰਕਾਰੀ ਬੰਦੇ ਨੂੰ ਰੱਬ ਕਦੇ ਨਹੀਂ ਬਖਸ਼ਦਾ। ਜਿਹੜਾ ਆਪਣੇ ਆਪ ਨੂੰ ਹੀ ਰੱਬ ਸਮਝਣ ਲੱਗ ਜਾਂਦਾ ਹੈ ਉਸਦਾ ਹਾਲ ਰਾਜੇ ਦੁਨੀ ਚੰਦ ਵਰਗਾ ਹੀ ਹੁੰਦਾ ਹੈ। ਬੀਬੀ ਰਜਨੀ ਨੇ ਦੇਖਿਆ ਕਿ ਇਸ ਸੂਰਨੀਆਂ ਚਾਰਨ ਵਾਲੇ ਬੰਦੇ ਦੀ ਸ਼ਕਲ ਮੇਰੇ ਪਿਤਾ ਨਾਲ ਬਹੁਤ ਮਿਲਦੀ ਹੈ ਅਤੇ ਇਸਦੇ ਗਲ ਵਿੱਚ ਲੋਹੇ ਦੀ ਸੰਗਲੀ ਪਾਈ ਹੋਈ ਹੈ। ਮੇਰੇ ਪਿਤਾ ਦੇ ਸੋਨੇ ਦੀ ਸੰਗਲੀ ਪਾਈ ਹੁੰਦੀ ਸੀ। ਬੀਬੀ ਰਜਨੀ ਅਤੇ ਉਸਦਾ ਪਤੀ ਪ੍ਰਸ਼ਾਦਾ ਵਰਤਾ ਰਹੇ ਸਨ। ਦੁਨੀ ਚੰਦ ਵੀ ਪ੍ਰਸ਼ਾਦਾ ਛਕਣ ਲਈ ਬੈਠ ਗਿਆ। ਜਦੋਂ ਬੀਬੀ ਰਜਨੀ ਦੁਨੀ ਚੰਦ ਰਾਜੇ ਦੇ ਕੋਲ ਆਈ ਤਾਂ ਉਸਨੇ ਕਿਹਾ ਕਿ ਤੁਹਾਡੇ ਵਰਗਾ ਇੱਕ ਪੱਟੀ ਦਾ ਰਾਜਾ ਹੁੰਦਾ ਸੀ। ਦੁਨੀ ਚੰਦ ਨੇ ਕਿਹਾ ਕਿ ਪੁੱਤਰੀ, ਉਹ ਰਾਜਾ ਮੈਂ ਹੀ ਹਾਂ। ਬੀਬੀ ਰਜਨੀ ਨੇ ਕਿਹਾ ਕਿ ਪਿਤਾ ਜੀ, ਤੁਹਾਡੀ ਇਹ ਹਾਲਤ ਕਿਵੇਂ ਹੋ ਗਈ? ਦੁਨੀ ਚੰਦ ਨੇ ਕਿਹਾ ਕਿ ਮੈਨੂੰ ਮੇਰੇ ਪਾਪਾਂ ਦੀ ਸਜ਼ਾ ਮਿਲੀ ਹੈ। ਮੈਂ ਤੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ। ਮੈਂ ਤੇਰਾ ਵਿਆਹ ਇੱਕ ਕੋੜੀ ਦੇ ਨਾਲ ਕਰ ਦਿੱਤਾ ਸੀ। ਮੈਂ ਹੰਕਾਰ ਵਿੱਚ ਅੰਨਾ ਹੋ ਗਿਆ ਸੀ। ਮੈਂ ਤੇਰੇ 'ਤੇ ਬਹੁਤ ਜ਼ੁਲਮ ਕੀਤੇ, ਪਰ ਤੂੰ ਸੱਚ ਕਹਿੰਦੀ ਸੀ ਕਿ ਉਹ ਪਰਮਾਤਮਾ ਸਭ ਨੂੰ ਖਾਣ ਨੂੰ ਦਿੰਦਾ ਹੈ। ਦੁਨੀ ਚੰਦ ਨੇ ਕਿਹਾ ਕਿ ਤੇਰਾ ਪਤੀ ਕਿੱਥੇ ਹੈ? ਉਹ ਤਾਂ ਵਿਚਾਰਾ ਮਰ ਗਿਆ ਹੋਵੇਗਾ। ਬੀਬੀ ਰਜਨੀ ਨੇ ਕਿਹਾ ਕਿ ਉਹ ਦੇਖੋ, ਮੇਰਾ ਪਤੀ ਜਿਹੜਾ ਪ੍ਰਸ਼ਾਦਾ ਵਰਤਾ ਰਿਹਾ ਹੈ ਉਹੀ ਮੇਰਾ ਪਤੀ ਹੈ।
ਦੁਨੀ ਚੰਦ ਨੇ ਜਦੋਂ ਉਸਦੇ ਪਤੀ ਨੂੰ ਦੇਖਿਆ ਤਾਂ ਉਸਦੀ ਹੈਰਾਨਗੀ ਦੀ ਹੱਦ ਨਾ ਰਹੀ। ਬੀਬੀ ਰਜਨੀ ਤੇ ਉਸਦਾ ਪਿਤਾ ਗਲ ਲੱਗ ਕੇ ਰੋਣ ਲੱਗ ਪਏ। ਇਹ ਸਾਰੀ ਵਾਰਤਾ ਸੁਣ ਕੇ ਉੱਥੇ ਸਾਰੀ ਸੰਗਤ ਵੀ ਰੋਣ ਲੱਗ ਪਈ। ਬੀਬੀ ਰਜਨੀ ਨੇ ਕਿਹਾ ਕਿ ਇਹ ਧਰਤੀ ਇੰਨੀ ਸ਼ਕਤੀ ਵਾਲੀ ਹੈ, ਇੱਥੇ ਇਸ਼ਨਾਨ ਕਰਕੇ ਮੇਰੇ ਪਤੀ ਦਾ ਕੋੜ ਇੱਕ ਮਿੰਟ ਵਿੱਚ ਠੀਕ ਹੋ ਗਿਆ। ਫਿਰ ਗੁਰੂ ਰਾਮਦਾਸ ਜੀ ਨੇ ਇਸ ਧਰਤੀ 'ਤੇ ਹਰਿਮੰਦਰ ਸਾਹਿਬ ਜੀ ਨੂੰ ਬਣਵਾਇਆ ਅਤੇ ਦੁਨੀਆ ਦਾ ਸਭ ਤੋਂ ਵੱਡਾ ਤੀਰਥ ਪ੍ਰਗਟ ਕੀਤਾ। ਅੱਜ ਵੀ ਕਾਗਜ਼ਾਂ ਦੇ ਵਿੱਚ ਹਰਿਮੰਦਰ ਸਾਹਿਬ ਜੀ ਵਾਲੀ ਜਗ੍ਹਾ ਬੀਬੀ ਭਾਨੀ ਦਾ ਚੱਕ ਵੱਜਦੀ ਹੈ। ਸਾਧ ਸੰਗਤ ਜੀ, ਜਿਹੜੀ ਵੀ ਕੋਈ ਜਗ੍ਹਾ ਭਗਤੀ ਅਤੇ ਸ਼ਕਤੀ ਵਾਲੀ ਹੁੰਦੀ ਹੈ, ਉਸ ਜਗ੍ਹਾ 'ਤੇ ਪਹਿਲੇ ਜਨਮਾਂ ਵਿੱਚ ਜਿਸਨੇ ਵੀ ਤਪੱਸਿਆ ਕੀਤੀ ਹੁੰਦੀ ਹੈ, ਨਿਰੰਕਾਰ ਉਸਨੂੰ ਨਵਾਂ ਸਰੀਰ ਰੂਪੀ ਚੋਲਾ ਬਖਸ਼ ਕੇ ਉਸ ਜਗ੍ਹਾ ਨੂੰ ਪ੍ਰਗਟ ਕਰਨ ਲਈ ਭੇਜਦਾ ਹੈ। ਨਿਰੰਕਾਰ ਉਸਨੂੰ ਗੁਰੂ ਪੀਰ ਮਹਾਂਪੁਰਖ ਬਣਾ ਕੇ ਉਸ ਜਗ੍ਹਾ 'ਤੇ ਤੀਰਥ ਪ੍ਰਗਟ ਕਰਨ ਲਈ ਭੇਜਦਾ ਹੈ। ਹਰਿਮੰਦਰ ਸਾਹਿਬ ਵਾਲੀ ਜਗ੍ਹਾ 'ਤੇ ਗੁਰੂ ਰਾਮਦਾਸ ਜੀ ਨੇ ਕਈ ਯੁੱਗ ਤਪੱਸਿਆ ਕੀਤੀ ਹੋਈ ਸੀ, ਇਸੇ ਕਰਕੇ ਗੁਰੂ ਰਾਮਦਾਸ ਜੀ ਨੇ ਇਸ ਤੀਰਥ ਨੂੰ ਬਣਾਇਆ। ਇਸੇ ਕਰਕੇ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸ ਜਗ੍ਹਾ ਦਾ ਪੁਰਾਤਨ ਇਤਿਹਾਸ ਬਹੁਤ ਵੱਡਾ ਹੈ। ਪਹਿਲੇ ਯੁੱਗਾਂ ਦੇ ਵਿੱਚ ਵੀ ਇਸ ਜਗ੍ਹਾ 'ਤੇ ਬਹੁਤ ਚਮਤਕਾਰ ਹੋਏ ਹਨ। ਇਹ ਯੁੱਗਾਂ ਯੁੱਗਾਂ ਤੋਂ ਬਹੁਤ ਹੀ ਭਗਤੀ ਅਤੇ ਸ਼ਕਤੀ ਵਾਲੀ ਜਗ੍ਹਾ ਹੈ। ਜਦੋਂ ਵੀ ਕੋਈ ਪੁਰਾਤਨ ਭਗਤੀ ਸ਼ਕਤੀ ਵਾਲੀ ਜਗ੍ਹਾ ਨੂੰ ਨਿਰੰਕਾਰ ਪ੍ਰਗਟ ਕਰਦਾ ਹੈ ਤਾਂ ਉੱਥੇ ਕੋਈ ਨਾ ਕੋਈ ਸ਼ਕਤੀ ਵਰਤਾਉਂਦਾ ਹੈ, ਉੱਥੇ ਕੋਈ ਨਾ ਕੋਈ ਚਮਤਕਾਰ ਕਰਦਾ ਹੈ, ਜਿਸ ਨਾਲ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇੰਨੀ ਭਗਤੀ ਅਤੇ ਸ਼ਕਤੀ ਵਾਲੀ ਜਗ੍ਹਾ ਹੈ। ਅੱਜ ਵੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਕੇ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਮੱਥਾ ਟੇਕ ਕੇ ਹਰ ਰੋਜ਼ ਹੀ ਚਮਤਕਾਰ ਹੁੰਦੇ ਹਨ। ਹਰ ਰੋਜ਼ ਹੀ ਬਹੁਤ ਲੋਕਾਂ ਦੇ ਦੁੱਖ ਦੂਰ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।